ਸ਼ਿਕਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਨਾ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦਾ ਸ਼ੂਟ ਬਹੁਤ ਹੀ ਸਪੈਸ਼ਲ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਕਿਉਂਕਿ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਉਣ ਵਾਲੀ ਹੈ ਅੱਜ ਲੈ ਕੇ ਆਏ ਹਾਂ ਯਾਰ ਜੋਲ ਥੱਲੇ ਕੇ ਇਲੈਕਟ੍ਰੋਨਿਕਸ ਅਤੇ ਵੀਡੀਓ ਜੋ ਕਿ ਅੱਜ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਸਬ ਵੂਫਰ ਦਿਖਾਏ ਜਾਣਗੇ ਇੰਨੇ ਕੁ ਯੂਨੀਕ ਅਤੇ ਇੰਨੀ ਕੁ ਨੌਲੇਜ ਦਿੱਤੀ ਜਾਏਗੀ ਨਾ ਸਬ ਵੂਫਰਸ ਦੇ ਉੱਪਰ ਤੁਹਾਨੂੰ ਮਜ਼ਾ ਆ ਜਾਏਗਾ ਵੀਡੀਓ ਦੇਖ ਕੇ ਜਲਦੀ ਜਲਦੀ ਫੋਲੋ ਕਰ ਲਓ ਇੰਸਟਾਗ੍ਰਾਮ ਆਈ ਡੀ ਵੀ ਸਾਡੀ ਮੋਡੀਫਾਈਡ ਅੰਡਰਸਕੋਰ ਕਲੱਬ 2020 ਮਿਊਜ਼ਿਕ ਦਾ ਸੈਟਅਪ ਅੰਦਰ ਤਿਆਰ ਵੀ ਪਿਆ ਉਹ ਚਲਾ ਕੇ ਵੀ ਦਿਖਾਵਾਂਗੇ ਅਤੇ ਜੋ ਤੁਹਾਨੂੰ ਭਾਅ ਜੀ ਕਿੱਦਾਂ ਅਸੈਂਬਲਡ ਕਰਦੇ ਆ ਸਾਰਾ ਕੰਮ ਫੁੱਲੀ ਅਸੈਂਬਲਡ ਕੀਤਾ ਜਾਂਦਾ ਆਪ ਬਣਾਏ ਜਾਂਦੇ ਆ ਸਬ ਵੂਫਰ ਅਤੇ ਐਂਪ ਸਾਰੀ ਨੌਲੇਜ ਡਿਟੇਲ ਦੇ ਵਿੱਚ ਦਿੱਤੀ ਜਾਏਗੀ ਕਿੱਥੇ ਐਡਰੈਸ ਪੈਂਦਾ ਕਿੰਨੀ ਦੇਰ ਹੋ ਗਈ ਹੈ ਕੰਮ ਕਰਦੇ ਨੂੰ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਟਰੈਕਟਰ ਖੜ੍ਹਾ ਫੋਰਡ ਜਿਹਦੇ 'ਤੇ ਸਿਸਟਮ ਲੱਗਾ ਹੋਰ ਹੈਵੀ ਹੋਣ ਆਇਆ ਇੱਥੇ ਅਤੇ ਬਹੁਤ ਸਾਰੇ ਲੋਕ ਇਹਨਾਂ ਦੇ ਫੈਨ ਹੈ ਅਤੇ ਆਓ ਚਲੀਏ ਅੰਦਰ ਅੱਜ ਜਿਹੜੀ ਯੂਨੀਕ ਜੀ ਚੀਜ਼ ਦਿਖਾਉਣ ਲੱਗੇ ਆ ਨਾ ਤੁਹਾਨੂੰ ਬਹੁਤ ਹੀ ਜ਼ਬਰਦਸਤ ਜਿਹਦੇ ਵਿੱਚ ਐਡਾ ਵੱਡਾ ਸਬ ਵੂਫਰ ਦਿਖਾਉਣ ਲੱਗੇ ਨਾ ਜੀ ਤੁਹਾਨੂੰ ਜਿਹੜਾ ਕਿ ਵਾਕਈ ਵਜਨ ਦੇ ਵਿੱਚ ਵੀ ਇੱਕ ਬੰਦੇ ਦੇ ਵੇਟ ਦੇ ਬਰਾਬਰ ਹੋਣ ਵਾਲਾ ਹੈ ਆਓ ਚਲੀਏ ਅੰਦਰ ਅਤੇ ਗੱਲ ਕਰਦੇ ਹਾਂ ਡਿਟੇਲ 'ਚ ਲਓ ਜੀ ਅਸੀਂ ਮਿਲ ਰਹੇ ਹਾਂ ਅੱਜ ਇੰਟਰੋਡਿਊਸ ਕਰ ਰਹੇ ਹਾਂ ਜੋਲ ਥੱਲੇ ਕੇ ਇਲੈਕਟ੍ਰੋਨਿਕਸ ਦੇ ਓਨਰ ਭਾਅ ਜੀ ਸਭ ਤੋਂ ਪਹਿਲੇ ਸਾਡੇ ਵਿਊਅਰਸ ਲਈ ਸਤਿ ਸ਼੍ਰੀ ਅਕਾਲ ਜੀ ਅਤੇ ਯਾਰ ਭਾਅ ਜੀ ਦੇ ਨਾ ਅਸੀਂ ਕਾਫੀ ਵੀਡੀਓ ਸ਼ੂਟ ਕੀਤੀਆਂ ਟਰੈਕਟਰ ਦੀਆਂ ਜਿਹਦੇ 'ਚ ਤੁਹਾਨੂੰ ਭਾਅ ਜੀ ਵੱਲੋਂ ਲੱਗੇ ਹੋਏ ਸਾਰੇ ਤੁਹਾਨੂੰ ਅਸੀਂ ਸਿਸਟਮ ਦਿਖਾਏ ਨੇ ਕਿਆ ਹੀ ਜ਼ਬਰਦਸਤ ਵੱਜਦੇ ਆ ਯਾਰ ਰੀਸੈਂਟਲੀ ਆਪਾਂ ਸ਼ੂਟ ਕੀਤੇ ਆ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਟਰੈਕਟਰ ਸੀਗਾ ਮੈਸੀ 9500 ਦਿਓਲ ਗੁਰਦੀਪ ਵੀਰੇ ਦਾ ਬਹੁਤ ਹੀ ਹੈਵੀ ਸਾਊਂਡ ਸਿਸਟਮ ਉਹਦੇ 'ਚ ਵੱਜਿਆ ਸੀ ਉਸ ਤੋਂ ਬਾਅਦ ਫੋਰਡ ਦੀ ਵੀਡੀਓ ਵੀ ਤੁਸੀਂ ਦੇਖੀ ਸੀਗੀ ਸਾਰਾ ਕੰਮ ਹੋਇਆ ਸੀਗਾ ਭਰਾ ਵੱਲੋਂ ਅਤੇ ਅੱਜ ਆਪਾਂ ਇਹਨਾਂ ਨੂੰ ਵੀ ਮਿਲਣ ਆਏ ਹਾਂ ਅਤੇ ਕਿਉਂਕਿ ਯਾਰ ਨੌਲੇਜ ਲੈਣੀ ਬੜੀ ਜ਼ਰੂਰੀ ਸੀਗੀ ਕਿ ਕਿੱਦਾਂ ਵੀਰ ਮੇਰਾ ਵੂਫਰ ਵੀ ਅਸੈਂਬਲਡ ਕਰਦੇ ਆ ਐਂਪ ਵੀ ਅਸੈਂਬਲਡ ਕਰਦੇ ਆ ਖੁਦ ਆਪ ਅਤੇ ਯਾਰ ਅੱਜ ਜੋ ਦਿਖਾਉਣ ਲੱਗੇ ਆ ਨਾ ਤੁਹਾਨੂੰ 50 kg ਪਲੱਸ ਸਬ ਵੂਫਰ 21 ਇੰਚ ਦਾ ਭਾਅ ਜੀ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਮੈਂ ਵੀ ਹੈਰਾਨ ਹਾਂ ਕਿ ਭਾਅ ਜੀ ਕਦੋਂ ਮੈਨੂੰ ਉਹ ਪੇਸ਼ ਕਰਨਗੇ ਕਹਿੰਦੇ ਪੇਟੀ ਖੋਲਣੀ ਹੈ ਸਪੈਸ਼ਲ ਸੀਲਡ ਹੈ ਬੜਾ ਹੀ ਇੱਕ ਕੋਈ ਮਤਲਬ ਡਿਮਾਂਡਿੰਗ ਕਸਟਮਰ ਹੈ ਜਿਹੜਾ ਕਿ ਉਹਨੂੰ ਡਿਮਾਂਡ ਕਰਦਾ ਨਹੀਂ ਤੇ ਨਾਰਮਲੀ 18 ਇੰਚ ਤੱਕ ਲੱਗ ਜਾਂਦਾ ਹਾਂਜੀ ਹਾਂਜੀ ਬਿਲਕੁਲ ਤੇ 21 ਇੰਚ ਬੜਾ ਸ਼ੌਕੀਨ ਬੰਦਾ ਲਵਾਉਂਦਾ ਤੇ ਆਪਾਂ ਪੇਟੀ ਕਰਾਈ ਹੈ ਅਨਬੋਕਸ ਜਦੋਂ ਵੂਫਰ ਖੋਲ ਕੇ ਆਉਂਦਾ ਤੁਹਾਨੂੰ ਵੀ ਇੰਟਰੋਡਿਊਸ ਕਰਾਉਂਦੇ ਹਾਂ ਭਾਅ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਤੇ ਆਪਣਾ ਫੋਨ ਨੰਬਰ ਦੱਸ ਦਿਓ ਆਪਣਾ ਐਡਰੈਸ ਜੀ ਮੋਗਾ ਜੀਰਾ ਰੋਡ ਥੱਲੇ ਕੇ ਫੋਨ ਨੰਬਰ ਹੈਗਾ 98883082 ਨੰਬਰ ਦੀ ਜੇ ਫਲੈਸ਼ ਹੁੰਦਾ ਵੀ ਤੁਹਾਨੂੰ ਦਿਖਦਾ ਪਿਆ ਸਿਸਟਮ ਲਗਵਾਉਣਾ ਚਾਹੁੰਦੇ ਹੋ ਟਰੈਕਟਰ ਨੂੰ ਤਾਂ ਭਾਅ ਜੀ ਨੂੰ ਫੋਨ ਜ਼ਰੂਰ ਕਰਿਓ ਅਤੇ ਆਪਾਂ ਕਰਦੇ ਹਾਂ ਡਿਟੇਲ 'ਚ ਸਟਾਰਟ ਵੀਡੀਓ ਇੱਕ ਛੋਟੇ ਜਿਹੇ ਸਪੀਕਰਸ ਤੋਂ ਲੈ ਕੇ ਵੱਡੇ 21 ਇੰਚ ਦੇ ਵੂਫਰ ਤੱਕ ਤੁਹਾਨੂੰ ਸਾਰੀ ਡਿਟੇਲ ਦਿੱਤੀ ਜਾਏਗੀ ਇਹ ਪਾਇਨੀਅਰ JBL ਜਾਂ ਹੋਰ ਕੰਪਨੀਆਂ ਤੋਂ ਅਲੱਗ ਕਿਉਂ ਹੈ ਔਰ ਜ਼ਿਆਦਾ ਵਧੀਆ ਕਿਉਂ ਹੈ ਸਾਰੀ ਡਿਟੇਲ 'ਚ ਗੱਲ ਭਾਅ ਜੀ ਡਿਟੇਲ ਤੁਸੀਂ ਦੱਸਣੀ ਹੈ ਬਿਲਕੁਲ ਜੀ ਬਿਲਕੁਲ ਅਤੇ ਇਕੱਲੀ ਇਕੱਲੀ ਚੀਜ਼ ਤੁਹਾਨੂੰ ਦੱਸੀ ਜਾਏਗੀ ਕਿ ਪ੍ਰੈਕਟੀਕਲੀ ਦਿਖਾ ਕੇ ਕਿ ਇਹ ਚੀਜ਼ ਹਟ ਕੇ ਕਿਉਂ ਹੈ ਇਹ ਅਲੱਗ ਕਿਉਂ ਹੈ ਠੀਕ ਹੈ ਨਾ ਭਾਅ ਜੀ ਜਿਹੜੀ ਨਾ ਆਈ ਕੈਚੀ ਚੀਜ਼ ਆ ਜਿੱਥੇ ਸਭ ਤੋਂ ਵੱਧ ਨਜ਼ਰ ਜਾ ਰਹੀ ਹੈ ਮੇਰੀ ਉਹ ਮੇਰੀ ਨਜ਼ਰ ਜਾ ਰਹੀ ਇੱਥੇ ਮੈਂ ਐਡਾ ਵੱਡਾ ਵੂਫਰ ਮੈਂ ਬਹੁਤ ਸਾਰੀਆਂ ਵੀਡੀਓ ਸ਼ੂਟ ਕਰ ਲਈਆਂ ਬਹੁਤ ਕੁਝ ਦੇਖ ਲਿਆ ਐਡਾ ਵੱਡਾ ਸਭ ਵੂਫਰ ਮੈਂ ਨਹੀਂ ਦੇਖਿਆ ਵੀਰੇ 21 ਇੰਚ ਦਾ ਵੂਫਰ ਕਿੰਨੇ ਵਾਟ RMS ਦਾ ਵੂਫਰ ਹੋਏਗਾ ਫਿਲਹਾਲ ਮੈਂ ਤਾਂ ਹੀ ਕਿਹਾ ਕਿ ਮੈਂ ਜੇ ਕਿਤੇ ਲੱਗਾ ਨਹੀਂ ਦੇਖਿਆ 21 ਇੰਚ ਦਾ ਸਬ ਵੂਫਰ ਦੇ ਕੰਮ ਚਾਲੂ ਹੈ ਜਿੱਦਾਂ ਹੀ ਕਿਸੇ ਟਰੈਕਟਰ ਤੇ ਲੱਗੂਗਾ ਤੇ ਆਪਾਂ ਵੀਰੇ ਕੋਲ ਜ਼ਰੂਰ ਪਹੁੰਚਾਂਗੇ ਸ਼ੂਟ ਕਰਨ ਵਾਸਤੇ ਇਸ ਤੋਂ ਬਾਅਦ ਮੈਂ ਗੱਲ ਕਰਨਾ ਯਾਰ ਭਾਜੀ ਇਹਦਾ ਵੇਟ ਤੁਸੀਂ ਕਿੰਨਾ ਕੁ ਦੱਸਿਆ ਅੰਦਾਜ਼ਾ 50 ਕਿਲੋ ਮਤਲਬ ਇੱਕ ਆਮ ਬੰਦੇ ਦੇ ਭਾਰ ਦੇ ਬਰਾਬਰ ਦਾ ਇੱਕ ਸਬ ਵੂਫਰ ਹੈ ਬਿਲਕੁਲ ਜੀ ਬਿਲਕੁਲ ਤੇ ਜੇ ਇਹ ਦੋ ਹੀ ਲੱਗੇ ਟਰੈਕਟਰਾਂ ਨੂੰ ਤੇ ਫਿਰ ਐਂਡ ਹੀ ਆ ਬਸ ਮਤਲਬ ਬਿਲਕੁਲ ਜੀ ਬਿਲਕੁਲ 50 ਕਿਲੋ ਦੋ ਇੱਕ ਵੂਫਰ ਦਾ ਵੇਟ ਆ ਦੋ ਵੂਫਰ ਦੇਖ ਲਓ ਕਿੰਨੇ ਤੇ ਪਹੁੰਚ ਕੇ ਗਾ ਪੇਟੀ ਸਪੀਕਰ ਬਿਲਕੁਲ ਤੇ ਯਾਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਇੱਕ ਵੂਫਰ ਮੈਂ ਇਹ ਦੇਖ ਰਿਹਾ ਪਿਆ ਇਹ ਵੀ ਡਬਲ ਕੋਇਲ ਵੂਫਰ ਹੈ ਹਾਂਜੀ ਇਹ ਡਬਲ ਕੋਇਲ 18 ਇੰਚੀ ਡਬਲ ਕੋਇਲ ਇਹ 18 ਇੰਚ ਦਾ ਹਾਂਜੀ ਸਭ ਤੋਂ ਵੱਡਾ ਵੂਫਰ ਇੱਥੇ ਜੋਲ ਥੱਲੇ ਕੇ ਜਿੱਥੇ ਆਪਾਂ ਆਏ ਹਾਂ ਸਭ ਤੋਂ ਵੱਡਾ ਵੂਫਰ ਇੱਥੇ ਪਿਆ 21 ਇੰਚ ਦਾ ਦੂਸਰਾ ਵੂਫਰ ਇੱਥੇ ਉਸ ਤੋਂ ਛੋਟਾ ਜਿਹੜਾ ਉਸ ਤੋਂ ਨੀਚੇ ਵਾਲਾ ਸਾਈਜ਼ ਆਉਂਦਾ ਉਹ ਆਉਂਦਾ 18 ਇੰਚ 18 ਇੰਚ ਦੇ ਲੱਗੇ ਆਪਾਂ ਟਰੈਕਟਰ ਨੂੰ ਵੀ ਕਾਫੀ ਸ਼ੂਟ ਕੀਤੇ ਤੁਹਾਡੇ ਹੀ ਲੱਗੇ ਸਿਸਟਮ ਸੀਗੇ ਅਤੇ ਆਪਾਂ ਸ਼ੂਟ ਕੀਤੇ ਆ ਆਲਰੇਡੀ 18 ਇੰਚ ਦਾ ਵੂਫਰ ਜਿਹੜਾ ਉਹ ਪੇਟੀ 'ਚ ਬੰਦ ਸੀ ਤੁਹਾਨੂੰ ਉਹਦੀ ਡਿਟੇਲ ਨਹੀਂ ਮੈਂ ਦੱਸ ਪਾਇਆ ਸੀਗਾ ਅਤੇ ਅੱਜ ਆਪਾਂ ਨਾ ਭਾਅ ਜੀ ਕੋਲ ਸਾਰੀ ਡਿਟੇਲ ਜਾਣਨ ਵਾਸਤੇ ਆਏ ਹਾਂ ਹਾਂਜੀ ਹਾਂਜੀ ਭਾਅ ਜੀ ਅਪਰੋਕਸੀਮੇਟ ਇਹਦਾ ਵੇਟ ਕਿੰਨਾ ਕੁ ਹੋਊਗਾ
छोटी जी गल डिटेल जाना चाहना की 2500 RMS वॉट का जो वूफर है अप्रोक्सीमेट मैं गल करा जो पाइनियर का डबल कोयल चैंपियन सीरीज का वूफर लीए आप एक वूफर तो एक वूफर तो किन्ने हो गए अप्रोक्सीमेट पांच चार तो पांच मतलब ओन पेपर जो आप काउंट करिए होएगा 400 to 450 RMS का तो यह हैगा 2500 RMS का एक वूफर मतलब पाइनियर चार लग पांच लग गए तो आ एक लग गया एक बराबर है इन्ना वजदा भाजी सही च नहीं अपने दोस्तों को दिखाना भी डिटेल च बहुत ज़्यादा जरूरी है तो रियलिटी के जो मैं प्रेजेंटली लाइव खड़ा दोस्तों देख रहा ना तो ये कॉयल बहुत हैवी बहुत वधिया मैं यदि फिनिश भी बहुत अच्छी तो बहुत ही जबरदस्त मैगनेट देख सकते हो तुम बहुत हैवी है यार बहुत वधिया तो डबल कॉयल च वूफर है यार मज़ा आ गया मैं तो यह देख के तो यकीन मनियो कि 2500 RMS भाजी का कहना यह भी सगा कि मैं अज हूँ दिखाने तो पहला थोड़ी जी भाजी वार्तालाप मेरी चल रही थी इस टॉपिक से कि भाजी जे असी किसी प्रूव करना हो कि प्रूव कर सकते हैं कि ये 2500 RMS है बिल्कुल ये इंस्ट्रूमेंट से चैक होगा भाजी कहते थे कि इंस्ट्रूमेंट से चैक हो जाएगा जे तो किसी को अपना इंस्ट्रूमेंट वो भी लैब आप चैक करा देंगे नहीं तो फिर आप भी इतने लाइव चैक करवा देंगे कि 2500 RMS वजदा बिल्कुल जी बिल्कुल तो भाजी इन्हों का एम्प भी बहुत हैवी यूज करना पैदा होगा एक बूफर एक एम पी चला पाता छोटे मोटे एम्प की गल नहीं है यदि मैं जी कीमत की गल करा तो आप कि कीमत का एक वूफर गिंदे कला वूफर एक वूफर 18 10 to 12 hours की रेंज एक वूफर होगा पर भाई का भी कहना कि मैं कले वूफर नहीं वेचता मैं पूरा सैटअप ही बना के दिना वा बट आप एक आइडिया जरूर लैके चलना है कि किन्ने का कि हिसाब किताब है भाजी ए जो एम्प यूज किया जाता हैवी लोड एम्प जो भी तुम खुद आप असैम्बल कर दो मैंने एक बार छोटी जी नज़र मरवा सकते हैं अं एम्प जो आप असैम्बल किया होगा मैं काफी सारे एम्प इतने देख रहा थोड़े आप असैम्बल किए छोटे है ये 12 inches वाला आ 15 inches दो वाला यह 15 inches वाला दो जो एम्प रेडी नहीं है कोई भी नहीं अजय रेडी करना है बिल्कुल 15 inches 4 चलाऊगा पर 2 नहीं चलाऊगा 2 नहीं चलाऊगा नहीं मतलब कहना भाव है कि जो चलना है ना एक स्पेशल तैयार बनना एक एम्प एक जो दो लवाने ने तो दो एम्प ही यूज करने पैने हैं जो एम्प यूज किया जाता है कि खर्चा आता वीरे अपना लगभग इस दो वाला जो बूफर आ सैट आ पूरा 50,700 rupees च पैंदा स्पीकर ला के बिल्कुल स्पीकर किन्ने लाने स्पीकर ला के यार मजेदार वजन वाला भाजी कॉन्टैक्ट करो थोड़ी जी आप एम्प से नॉलेज होर लैने फिर अगर बूफर वाल भी चलते हैं ये भाजी छोटे एम्प जेडे भाजी तुम सारे खुद आप इंस्टॉल करते हो बिल्कुल जी खाली बोर्ड दिखा देने यदि जी मैनुफैक्चरिंग है ना यदि मैनुफैक्चरिंग जोल थले के इतने की जाती है तो भाजी यदि गरंटी वरंटी भी दिने आप 6 months की पूरी गरंटी दी जाती है इदा होंगे खाली बोर्ड यह खाली बोर्ड होंगे जी ए सारा भाजी आप असैम्बल करते कि हैवी इनू तैयार किया जा सकता है बिल्कुल यह सारा भाजी उस हिसाब से तैयार करते हो जिन्ना हैवी सिस्टम ला रहे हो बिल्कुल उस हिसाब से एम्प तैयार होंगे जिस हिसाब से बूफर लगते हैं तो आ मेरे वीर जो पिछे खड़े ना इन्हों का फोर्ड है जो बाहर खड़ा जिन्होंने सिस्टम चेंज होने लगा तुम गुरलाल वीरे का अगर पहले फोर्ड साढ़े चैनल पर भी देखा हुआ वीडियो है ना तो उ ट्रैक्टर बाहर खड़ा तो भी इतों ही तैयार होता भी सिस्टम चेंज होने लगा आप दोबारा फिर वीरे को अपॉइंटमेंट लवेंगे हूँ आप आने अगले वूफर से वीरे जी ये किन्ने इंच का यह 15 inches 1200 RMS ਦਾ ਮਤਲਬ ਇਹ ਵੀ ਹੈ ਕਿ ਭਾਜੀ ਇਹ ਵੀ ਮਤਲਬ ਬਹੁਤ ਹੈਵੀ ਚ ਸਾਊਂਡ ਕੱਢਦਾ ਹੋਊਗਾ ਇਹ ਵੀ ਕੋਈ ਘਟ ਨਹੀਂ ਹੈ ਬਿਲਕੁਲ ਬਹੁਤ ਵਧੀਆ ਤੁਹਾਨੂੰ ਚਲਾ ਕੇ ਦਿਖਾਵਾਂਗੇ ਆਪਣੇ ਇਹਦੇ ਚ ਆਪਾਂ 12 ਇੰਚ ਦਿਖਾਣੇ ਆ ਨਹੀਂ ਇਹ 15 inches ਇਹਦੇ ਚ ਆਪਾਂ 15 ਇੰਚੀ ਤੁਹਾਨੂੰ 4 ਸਬਵੂਫਰ ਲੱਗੇ ਨੇ 2 ਲੱਗੇ ਆ ਇਧਰਲੀ ਸਾਈਡ ਤੇ ਤੇ 2 ਲੱਗੇ ਆ ਬੈਕ ਸਾਈਡ ਤੇ ਇਹ ਵੀ ਚਲਾਉਨੇ ਆ ਇੱਥੇ ਤੁਹਾਨੂੰ ਆਪਾਂ NCS ਦਾ ਮਿਊਜ਼ਿਕ ਜ਼ਰੂਰ ਸੁਣਾਵਾਂਗੇ ਹੁਣੇ ਬਟ ਹਜੇ ਕੁਝ ਗੱਲਾਂ ਰਹਿੰਦੀਆਂ ਨੇ ਭਰਾ ਨਾਲ ਸਾਡੇ ਨਾਲ ਕਰਨ ਵਾਲੀਆਂ ਖਤਮ ਨਹੀਂ ਹੁੰਦੀਆਂ ਇਸ ਤੋਂ ਅੱਗੇ ਵੀਰੇ ਆਪਾਂ ਛੋਟਾ ਐਂਪ ਦੇਖ ਰਹੇ ਆ ਜਿਹੜਾ ਕਿ ਕਲਰਫੁੱਲ ਤੁਸੀਂ ਦਿਖਾ ਰਹੇ ਹੋ ਜਿਹੜਾ ਜੇ ਕਲਰ ਮੈਰੂਨ ਚ ਇੱਕ ਬਲੂ ਚ ਇੱਕ ਦੋ ਤਿੰਨ ਕਲਰਾਂ ਚ ਆਉਂਦੇ ਇਹ ਦੋ ਤਿੰਨ ਕਲਰ ਚ ਤੁਸੀਂ ਆਪ ਕੋਇਲ ਤਿਆਰ ਕਰਦੇ ਹੋ ਬਿਲਕੁਲ ਇਹ ਕੋਨ ਜਿਹੜੇ ਤਿਆਰ ਕਰਦੇ ਹੋ ਨਾ ਤੇ ਵੀਰੇ ਜੀ ਇਹ ਕਿੰਨੇ ਇੰਚ ਦਾ ਇਹ 12 inches ਇਹ 12 inches ਹੈ ਤੇ ਮੈਂ ਇੱਕ ਛੋਟੀ ਜੀ ਗੱਲ ਕਰਾਂ ਇਹਨਾਂ ਦਾ ਪ੍ਰਾਈਸ ਕਿੰਨਾ ਕਰਾਉਣ ਵਾਲਾ
ਇਹੀ ਦੋ ਤਰ੍ਹਾਂ ਦੇ ਬਣਦੇ ਸੈੱਟ, ਇੱਕ 'ਚ ਮੈਗਨੈਟ ਅਤੇ ਵਾਟੇਜ ਘੱਟ ਹੁੰਦੀ ਹੈ, ਇਹ 'ਚ ਮੈਗਨੈਟ ਵੱਡਾ ਅਤੇ ਐਂਪ ਵੱਡਾ ਲੱਗਦਾ। ਇਹ 2700 'ਚ ਅਤੇ 1600 'ਚ ਦੋ ਤਰ੍ਹਾਂ ਦੇ ਤਿਆਰ ਦੋ ਤਰ੍ਹਾਂ ਦੇ ਤਿਆਰ ਹੁੰਦੇ ਆ। ਤੇ ਵੀਰੇ ਮੈਂ ਇੱਕ ਗੱਲ ਕਰਦਾ, ਆਪਣੇ ਕੋਲ ਹੋਰ ਮੈਂ ਦੇਖ ਰਿਹਾ ਵਾ ਇੱਥੇ ਸਪੀਕਰ ਲੱਗੇ। ਹਾਂਜੀ ਹਾਂਜੀ ਹਾਂਜੀ, ਸਪੀਕਰ ਪਏ ਨੇ ਛੋਟੇ ਜਿਹੜੇ ਤੁਸੀਂ ਯੂਜ਼ ਕਰਦੇ ਹੋ, ਇਹ ਵਧੀਆ ਕੁਆਲਿਟੀ ਵਾਲੇ ਨੇ। ਹਾਂਜੀ ਹਾਂਜੀ, ਇਹ ਆਪਾਂ ਖੁਦ ਤਿਆਰ ਕਰਾਏ ਹੁੰਦੇ ਆ, ਬਹੁਤ ਵਧੀਆ। ਦੇਖੋ ਚੈਸੀ ਦੇਖੋ ਤੁਸੀਂ ਕਿੰਨੇ ਵਧੀਆ ਬਣੇ ਹੋਏ। ਆਹ ਜਿਹੜੇ ਮਾਰਕੀਟ 'ਚ ਆਮ ਚੱਲਦੇ ਹੈਗੇ ਆ ਸਸਤੇ ਸਪੀਕਰ, ਇਹ ਸਸਤੇ ਸਪੀਕਰ ਹੈ ਬਿਲਕੁਲ ਜੀ, ਤੇ ਇਹ ਜਿਹੜੇ ਹੈਗੇ ਆ ਆਪਣੇ ਵਧੀਆ ਕੁਆਲਿਟੀ ਵਾਲੇ ਬਿਲਕੁਲ ਜੀ ਬਿਲਕੁਲ। ਪਰ ਇੱਕ ਸਪੀਕਰ ਦੀ ਕਿੰਨੀ ਕੁ ਕੀਮਤ ਰਹਿੰਦੀ ਹੋਏਗੀ? 200 ਰੁਪਏ ਦਾ ਇੱਕ ਸਪੀਕਰ। ਹਾਂਜੀ। ਤੇ ਭਾਜੀ ਇਹ ਸਾਰੇ ਟਰੈਕਟਰਾਂ ਦਾ ਸੈਟਅਪ ਹੀ ਕਰਦੇ ਹੋ ਜਾਂ ਕਿਸੇ ਗੱਡੀ ਦਾ ਵੀ ਸੈਟਅਪ ਬਣਾਉਂਦੇ ਹੋ? ਨਹੀਂ ਅਸੀਂ ਟਰੈਕਟਰਾਂ ਦੇ ਕੱਲੇ ਟਰੈਕਟਰਾਂ ਦਾ ਹੀ ਕਰਦੇ ਹੋ? ਤੇ ਯਾਰ ਆਪਾਂ ਨਾ ਇੱਕ ਵਾਰੀ ਦੁਬਾਰਾ ਸਟਾਰਟਿੰਗ ਤੋਂ ਨਜ਼ਰ ਮਾਰਦੇ ਹਾਂ, ਕਿਉਂਕਿ ਇਹਨਾਂ ਦੀ ਡਿਟੇਲ ਮੈਂ ਸਾਰੀ ਲੈ ਚੁੱਕਾ ਵਾਂ। ਤੁਸੀਂ ਦੇਖ ਸਕਦੇ ਹੋ ਸਬ ਵੂਫਰ 21 ਇੰਚ ਦਾ ਕਮਾਲ ਵਾਲਾ, ਜਿਹੜਾ ਮੇਰੇ ਖਿਆਲ ਹਜੇ ਤੱਕ ਫਸਟ ਟਾਈਮ ਔਨ ਯੂਟਿਊਬ ਹੈ ਕਿਸੇ ਨੇ ਦਿਖਾਇਆ ਨਹੀਂ ਹੋਏਗਾ 21 ਇੰਚ ਦਾ ਸਬ ਵੂਫਰ। ਸਹੀ ਗੱਲ ਹੈ ਭਾਜੀ? ਬਿਲਕੁਲ। ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 18 ਇੰਚ, ਫਿਰ 15 ਇੰਚ, ਫਿਰ 12 ਇੰਚ। ਬਿਲਕੁਲ, ਦੋ ਪਏ ਨੇ ਸਾਰੇ ਸੈੱਟਾਂ 'ਚ ਬਈ, ਦੋ ਦੋ ਤਿੰਨ ਤਿੰਨ ਤਰ੍ਹਾਂ ਦੇ ਸੈੱਟ ਬਣ ਜਾਂਦੇ, ਜਿਸ ਕਿਸੇ ਨੇ ਜਿੱਦਾਂ ਦੇ ਪੈਸੇ ਲਾਉਣੇ ਉੱਦਾਂ ਦਾ ਸੈੱਟਅਪ ਬਣ ਜਾਊਗਾ। ਤੁਸੀਂ ਇੱਕ ਲਵਾਉਣਾ ਇੱਕ ਲਵਾ ਲਓ, ਦੋ ਲਵਾਉਣੇ ਦੋ ਲਵਾ ਲਓ। ਬਿਲਕੁਲ ਜੀ, ਜਿਵੇਂ 18 ਇੰਚੀ 'ਚ ਆ, ਤੁਹਾਨੂੰ 50,000 ਦੱਸਿਆ ਡਬਲ ਕੋਇਲ ਡਬਲ ਐਂਪ ਲਾ ਕੇ, ਇਹਦੇ 'ਚ ਸਿੰਗਲ ਕੋਇਲ ਬਣਾਉਣਾ ਉਹੀ ਕੋਈ 40 ਇੰਚ ਪੈ ਜਾਂਦਾ ਜੀ। ਓਕੇ ਓਕੇ ਭਾਅ ਜੀ, ਮੈਗਨਟ ਛੋਟਾ ਹੋ ਜਾਂਦਾ, ਐਂਪ ਦੀ ਵਾਟੇਜ ਘੱਟ ਜਾਂਦੀ ਹੈ, ਮਤਲਬ ਕਿ ਦੋ ਬੋਹਰਾਂ ਨੂੰ ਇੱਕ ਚਲੇ ਜਾਂਦਾ। ਮਤਲਬ ਜਿੰਨੇ ਕੁ ਪੈਸੇ ਪਾਓਗੇ ਉਹਨਾਂ ਕੁ ਮਿੱਠਾ ਮਿਲ ਜਾਊਗਾ। ਤੇ ਭਾਜੀ ਕੋਲ ਤੁਸੀਂ ਜਿੱਦਾਂ ਦਾ ਮਰਜ਼ੀ ਸੈਟਅਪ ਲੈ ਸਕਦੇ ਹੋ ਭਾਜੀ ਦੇ, ਆਪਣੇ ਹੱਥ 'ਚ ਐਂਪ ਵੀ ਤਿਆਰ ਕਰਨੇ, ਸਬ ਵੂਫਰ ਵੀ ਤਿਆਰ ਕਰਨੇ, ਤੇ ਮੇਰਾ ਤਾਂ ਅੱਜ ਮਿਲ ਕੇ ਨਾ ਭਾਜੀ ਨੂੰ ਮਜ਼ਾ ਆ ਗਿਆ ਵੀਡੀਓ ਦਾ ਵੀ। ਤੇ ਯਾਰ ਇਸ ਤੋਂ ਬਾਅਦ ਆਪਾਂ ਹੁਣ ਨਾ ਥੋੜ੍ਹੀ ਜਿਹੀ ਐਂਪ 'ਤੇ ਵੀ ਜਾਣਕਾਰੀ ਲੈਂਦੇ ਹਾਂ ਭਾਜੀ। ਭਾਜੀ ਛੋਟੀ ਤੁਸੀਂ ਇਹ ਮੈਨੂੰ ਤਿਆਰ ਕੀਤੇ ਦਿਖਾ ਤੇ, ਉਹ ਵੀ ਦਿਖਾ ਦਿੱਤਾ। ਇਹਨਾਂ 'ਚ ਜੇ ਤੁਸੀਂ ਹੈਵੀ ਤਿਆਰ ਕਰਦੇ ਹੋ ਤਾਂ ਇਹਨਾਂ ਜਿਹੜੀ ਇਹ ਸੈਂਟਰ ਪਲੇਟ ਲੱਗਦੀ ਹੈ ਇਹ ਵੀ ਵੱਡੀ ਲੱਗਦੀ ਹੈ? ਬਿਲਕੁਲ ਜੀ ਵੱਡੀ ਲੱਗਦੀ, ਜਿੱਦਾਂ ਮਤਲਬ ਕਿ ਬੂਫਰ ਜ਼ਿਆਦਾ ਹੋਈ ਜਾਂਦੇ ਆ ਦੁਬਾਰਾ ਲੈਣੇ ਆ। ਪਹਿਲੇ ਸੁਣਦੇ ਆ ਐਨਸੀਐਸ ਦਾ ਮਿਊਜ਼ਿਕ, ਫਿਰ ਅਗਲੀ ਗੱਲਬਾਤ ਹੋਰ ਕਰਦੇ ਆ ਭਾਜੀ ਦੇ। ਯਾਰ ਆਪਣੇ ਕੋਲ ਤਾਂ ਨਾ ਜ਼ਿਆਦਾ ਦੇਰ ਸੁਣਿਆ ਵੀ ਨਹੀਂ ਗਿਆ, ਬੜੀ ਮੁਸ਼ਕਿਲ ਨਾਲ ਮੈਂ ਸ਼ੂਟ ਕੀਤਾ ਜਦੋਂ ਵੱਜ ਰਿਹਾ ਸੀ। ਤਾਂ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਦਾ ਲੱਗਾ ਯਾਰ ਐਂਡ ਸੀਗਾ ਐਨਸੀਐਸ ਦਾ ਮਿਊਜ਼ਿਕ, ਬਹੁਤ ਹੀ ਜ਼ਬਰਦਸਤ ਵੱਜ ਰਿਹਾ ਸੀ, ਮਜ਼ਾ ਆ ਗਿਆ। ਅਤੇ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਭਾਅ ਜੀ ਯਾਰ ਆਪਾਂ ਵੀਡੀਓ ਨੂੰ ਨਾ ਨੈਕਸਟ ਪਾਰਟ 'ਚ ਇੱਕ ਵਾਰੀ ਫਿਰ ਲੈ ਕੇ ਆਵਾਂਗੇ ਜਦੋਂ ਕੋਈ ਟਰੈਕਟਰ ਲਾਈਵ ਤਿਆਰ ਹੁੰਦਾ ਹੋਏਗਾ। ਬਾਕੀ ਨਵੇਂ ਸਿਸਟਮ ਤਿਆਰ ਹੋਈ ਜਾਂਦੇ, ਥੋੜ੍ਹਾ ਜਿਹਾ ਚਾਈਨਾ ਦੀ ਦਿੱਕਤ ਹੈਗੀ ਆ, ਲੋਕਡਾਊਨ ਕਰਕੇ ਮੈਂ ਜਾ ਵੀ ਨਹੀਂ ਪਾਇਆ, ਜਦੋਂ ਜਾਊਂਗਾ ਤੇ ਬਹੁਤ ਮਤਲਬ ਕਿ ਅਪਡੇਟ ਹੋਣ ਵਾਲੀ ਆ ਸੈੱਟਾਂ ਦੇ, ਬਹੁਤ ਅਪਡੇਟ ਵੀ ਕੀਤਾ ਜਾਏਗਾ। ਜਿੱਦਾਂ ਵੀ ਅਪਡੇਟ ਹੋਏਗਾ ਆਪਾਂ ਤੁਹਾਨੂੰ ਫਿਰ ਦੁਬਾਰਾ ਮਿਲਾਂਗੇ। ਤੇ ਭਾਅ ਜੀ ਇੱਕ ਵਾਰੀ ਆਪਣਾ ਐਡਰੈਸ ਤੇ ਫੋਨ ਨੰਬਰ ਰਿਪੀਟ ਕਰ ਦਿਓ। ਆਪਣਾ ਜੀ ਮੋਗਾ ਪੰਜਾਬ, ਜੀਰਾ ਰੋਡ, ਦਾਣਾ ਮੰਡੀ ਗੇਟ ਦੇ ਬਿਲਕੁਲ ਸਾਹਮਣੇ ਆ, ਜੋਹਲ ਇਲੈਕਟ੍ਰੋਨਿਕਸ ਤੋਂ ਲੈ ਕੇ 98880-82-63 ਫੋਨ ਨੰਬਰ। ਐਂਡ ਵੱਜ ਰਿਹਾ ਸੀ ਮਿਊਜ਼ਿਕ, ਵਾਕਈ ਮਜ਼ਾ ਆ ਗਿਆ। ਅਤੇ ਉਸ ਤੋਂ ਬਾਅਦ ਜਿਹੜੀ ਗੱਲ ਸੀਗੀ ਨਾ, ਜਿਹੜਾ ਸਬ ਵੂਫਰ ਤੁਸੀਂ ਦੇਖ ਸਕਦੇ ਹੋ 21 ਇੰਚ ਦਾ 50 ਕਿਲੋ ਦਾ ਸਬ ਵੂਫਰ, ਬਿਲਕੁਲ ਭਾਅ ਜੀ ਸਲਿਊਟ ਹੈ ਜੋ ਤੁਸੀਂ ਤਿਆਰ ਕਰਤਾ, ਸੀਰੀਅਸਲੀ ਸਲਿਊਟ ਹੈ। ਅਤੇ ਮਜ਼ਾ ਆ ਗਿਆ ਭਾਅ ਜੀ ਨੂੰ ਮਿਲ ਕੇ, ਭਾਅ ਦਾ ਨੇਚਰ ਵੀ ਟੂ ਗੁੱਡ ਅਤੇ ਪੈਸੇ ਵੀ ਬਹੁਤ ਰੀਜ਼ਨੇਬਲ ਲੈਣਗੇ ਭਾਅ ਜੀ। ਮੋਡੀਫਾਈਡ ਕਲੱਬ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡਾ ਆਪਣਾ ਚੈਨਲ ਹੈ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਕੇ ਜਾਣਾ। ਅਤੇ ਇੰਸਟਾਗ੍ਰਾਮ ਆਈ ਡੀ ਸਾਡੀ modified_club2020 ਇੱਦਾਂ ਹੀ ਪਿਆਰ ਦੇ ਕੇ ਜਾਣਾ। ਅੱਜ ਦੀ ਇਨਫੋਰਮੇਸ਼ਨ ਕਰਦੇ ਹਾਂ ਇੱਥੇ ਹੀ ਖਤਮ, ਕੱਲ੍ਹ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਥੈਂਕ ਯੂ ਸੋ ਮੱਚ, ਟੇਕ ਕੇਅਰ, ਗੁੱਡ ਬਾਏ।